ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ? ਤੁਸੀਂ ਦੇਖਦੇ ਪਏ ਹੋ ਹੋਤਾ ਪੰਜਾਬ ਟੀਵੀ, ਹੋਤਾ ਪੰਜਾਬ ਟੀਵੀ। ਤੁਸੀਂ ਦੇਖਦੇ ਪਏ ਹੋ, ਸਭ ਤੋਂ ਪਹਿਲਾਂ ਉਹਨੂੰ ਤੁਸੀਂ ਲਾਈਕ ਵੀ ਕਰਨਾ ਹੈ, ਸ਼ੇਅਰ ਵੀ ਕਰਨਾ ਹੈ, ਮਾਸ਼ਾਅੱਲਾ ਕਮੈਂਟ ਵੀ ਕਰਨਾ ਹੈ। ਅੱਜ ਵੀਰਾਂ ਵਾਸਤੇ ਖੁਸ਼ੀ ਮਾਸ਼ਾਅੱਲਾ ਝੋਟੀ ਲੈ ਕੇ ਆਇਆ, ਬਾ ਕਮਾਲ। ਪਹਿਲੀ ਵੀਡੀਓ ਲਗਾਉਣੀ ਹੈ ਹੋਤਾ ਪੰਜਾਬ ਟੀਵੀ 'ਤੇ, ਅਤੇ ਵੀਰਾਂ ਦਿਲ ਖੁਸ਼ ਕਰਨਾ ਹੈ ਕਿ ਵਾਕਈ ਲਤੀਫ ਬਾਈ ਝੋਟੀ ਲੈ ਕੇ ਆਇਆ, ਵਾਕਈ ਕਮਾਲ ਦੀ ਹੈ। ਹੋਤਾ ਪੰਜਾਬ ਟੀਵੀ 'ਤੇ ਹਮੇਸ਼ਾ ਤੋਂ ਜਾਨਵਰ ਅੱਛੇ ਲੱਗਦੇ ਸੀ, ਉਹ ਖੂਬਸੂਰਤ ਲੱਗਦੇ ਸੀ, ਅੱਜ ਵੀ ਇੱਦਾਂ ਦੇ ਕਮਾਲ ਅੱਛੀ ਔਰ ਕੁਆਲਿਟੀਆਂ ਲੱਗਣ ਦੇ ਔਰ ਖੂਬਸੂਰਤ ਲੱਗਣ ਦੇ, ਮਕੂ ਰੇਟ ਲੱਗਣ ਦੇ ਇਨਸ਼ਾਅੱਲਾ। ਬਾਕੀ ਝੋਟੀ ਜਿਹੜੀ ਹੈ ਦੂਜਾ ਸਵਾਦ ਸੁਣਦੀ ਪਈ ਹੈ, ਮਾਸ਼ਾਅੱਲਾ ਮੁੱਠੇ ਮੁੱਠੇ ਠੰਡ ਲੱਗਾ ਹੈ। ਮੇਰੇ ਵੀਰਾਂ ਨੇ ਖੁੱਡਾ ਚੈੱਕ ਕਰ ਲੈਣਾ, ਪੁੱਠਾ ਚੈੱਕ ਕਰ ਲੈਣਾ, ਹੱਡੀ ਚੈੱਕ ਕਰ ਲੈਣੀ, ਇਤਨੇ ਵੱਡੇ ਕੱਦ ਦੀ ਮਾਸ਼ਾਅੱਲਾ। ਅੱਲਾ ਪਾਕ ਨਜ਼ਰ ਬੱਤ ਬਚਾਵੇ, ਔਰ ਇਤਨੇ ਵੱਡੇ ਕੱਦ ਦੀ ਮੈਂ ਅੱਜ ਤੱਕ ਮੱਝ ਨਹੀਂ ਵੇਖੀ ਹੋਣੀ, ਤਕਰੀਬਨ 2 ਸਾਲ ਕੰਮ ਕੱਦ ਨੂੰ ਹੋ ਗਏ ਨੇ, ਇੰਨੀ ਵੱਡੀ ਮੱਝ ਮੈਂ ਨਹੀਂ ਦੇਖੀ। ਮਾਸ਼ਾਅੱਲਾ ਨੀਲੀ ਦੇ ਬਟਨ ਗੱਲਾਂ ਨਾਲ ਨਹੀਂ ਦੋਸਤੋ, ਇੱਕ ਆਹ ਖੜ੍ਹਾ ਹੈ, ਇੱਕ ਆਹ ਦੋ ਖੜ੍ਹੇ ਨੇ। ਮੇਰੇ ਵੀਰਾਂ ਨੇ ਬਾਈ ਚੈੱਕ ਕਰ ਲੈਣੀ, ਬਿਲਕੁਲ ਬਰਾਬਰ ਹੈ, ਕੋਈ ਕਿਸੇ ਕਿਸਮ ਦਾ ਦਾਗ ਦੱਪਾ ਨਹੀਂ ਹੈਗਾ। ਬਿਲਕੁਲ ਇਹ ਨਹੀਂ ਕਿ ਬਾਈ ਕਾਣੀ ਹੋਵੇ ਜੀ, ਲੋਹ ਪਈ ਹੈ, ਜੇ ਹੈ ਤਾਂ ਵੋ ਆ। ਹਮੇਸ਼ਾ ਤੋਂ ਹਰ ਬੰਦਾ ਫੱਕੀ ਵੇਚਦਾ ਹੈ, ਹਰ ਬੰਦਾ ਹੀ ਕਹਿ ਦਿੰਦਾ ਕਿ ਮੈਂ ਅਹੀਂ ਹੈ ਅਤੇ ਮੈਂ ਅਹੀਂ ਹੈ, ਬਹਾਲ ਜੋ ਵੀ ਕਰਦਾ ਪਿਆ ਠੀਕ ਕਰਦਾ ਪਿਆ। ਅਸੀਂ ਵੀ ਅੱਲਾ ਦੇ ਹੁਕਮਾਂ ਫੱਕੀ ਵੇਚਦੇ ਹਾਂ, ਇਹ ਨਹੀਂ, ਗਲਤ ਕੰਮ ਨਹੀਂ ਕਦੀ ਕੀਤਾ, ਸਾਫ਼ ਸੁਥਰਾ ਕੀਤਾ ਹੈ ਔਰ ਅੱਛਾ ਕੀਤਾ ਹੈ, ਕੁਆਲਿਟੀ ਵਾਲਾ ਕੀਤਾ ਹੈ। ਮੇਰੇ ਵੀਰਾਂ ਨੇ ਚੈੱਕ ਕਰ ਲਾ, ਧੁੰਨੀ ਕੁੜ ਦਾ ਨਾਮੋ ਨਿਸ਼ਾਨ ਨਹੀਂ ਹੈਗਾ, ਧੁੰਨੀ ਕੁੜ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਕਰਮਾਈ ਨੂੰ, ਔਰ ਥਾਂ ਮਾਸ਼ਾ ਦਾ ਪੂਰੀ ਲੋਕੇਸ਼ਨ ਦੇ ਇਕੱਲਾ ਇਕੱਲਾ ਥਾਂ ਲੱਗਾ ਹੈ, ਪੂਰੀ ਵਣ 'ਤੇ ਲੱਗਾ ਹੈ, ਮੁੱਠ ਮੁੱਠ ਵੇਲੇ ਬੜੀ ਲਾਜਵਾਬ ਝੋਟੀ ਹੈ। ਅੱਲਾ ਦੇ ਹੁਕਮ ਨਾਲ ਇਹ ਸਮਾਜ ਨੇ 28 ਤੋਂ 30 ਲੀਟਰ ਨਹੀਂ ਦੇਣਾ, ਦੇਣਾ ਕਿੰਨੇ ਆ ਫਿਰ? ਮੇਰੇ ਵੀਰਾਂ ਨੇ ਸਿੰਘ ਚੈੱਕ ਕਰ ਲੈਣਾ ਹੈ, ਚੂਰ ਕੁੰਡਾ ਸਿੰਘ ਹੈ, ਔਰ ਮੱਥੇ 'ਤੇ ਛੋਟੀ ਜਿਹੀ ਸਫੈਦ ਫੁੱਲੀ ਹੈ, ਔਰ ਮੇਰੇ ਵੀਰਾਂ ਨੇ ਚੈੱਕ ਕਰਨਾ 3 ਫੁੱਟ ਧੋਣ ਲੰਬੀ ਹੈ, ਔਰ ਹੱਡੀ ਪੁੱਠਾ ਖੁੱਡਾ ਟਾਕਾ ਧੁੰਨੀ ਕੋਰੀ ਦੋ ਹਰ ਪਾਸੋਂ ਸੁਥਰੀ, ਕੋਈ ਨੁਕਸ ਨਹੀਂ, ਕੋਈ ਐਬ ਨਹੀਂ, ਬੇਐਬ ਹੈ, 16 ਆਨੇ ਮਾਸ਼ਾਅੱਲਾ ਮੱਝ ਖੜੀ ਹੈ। ਬਾਬਾ ਜੀ ਟੋਰੋ ਨੂੰ ਛੱਡੋ, ਛੱਡ ਕੇ ਟੋਰ ਕੇ ਵਾਓ, ਹਜੇ ਤਕਰੀਬਨ 10 ਤੋਂ 12 ਦਿਨ ਲੈਂਦੀ ਹੈ ਬਾਬੇ ਦੇ ਬਕੋਲ। ਔਰ ਵੀਰਾਂ ਨੂੰ ਦੱਸਦਾ ਚੱਲਾਂ ਕਿ ਤੁਹਾਡੇ ਵੀਰ ਨੇ ਕੰਮ ਕੀਤਾ ਹੈ, ਸੁਥਰਾ ਕੀਤਾ ਹੈ, ਅੱਛਾ ਕੀਤਾ ਹੈ, ਕੁਆਲਿਟੀ ਦਾ ਕੀਤਾ ਹੈ, ਔਰ ਅੱਲਾ ਦੇ ਅੱਗੇ ਸਾਫ਼ ਸੁਥਰਾ ਹੀ ਕਰਨਾ ਹੈ ਔਰ ਅੱਛਾ ਹੀ ਕਰਨਾ ਹੈ। ਮੇਰੇ ਵੀਰਾਂ ਨੇ ਬਹਾਨਾ ਚੈੱਕ ਕਰ ਲੈਣਾ, ਮਾਸ਼ਾਅੱਲਾ ਸੂਰ ਦਾ ਡੇਢਾ ਤਾਂ ਚੁੱਕੀ ਖੜੀ ਕਰਮਾ ਲਈ, ਔਰ ਅੱਲਾ ਦੇ ਅੱਗੇ ਜਦੋਂ ਸੂਏਗੀ ਮੇਲੇ ਲਾ ਜਾਏਗੀ ਔਰ ਲਾਕੇ ਦਾ ਰਿਕਾਰਡ ਕਾਇਮ ਕਰ ਜਾਏਗੀ ਕਿ ਵਾਕਈ ਨੂਰ ਸ਼ਾਹ ਅਤੇ ਮੱਝ ਤਿਆਰ ਹੋਈ ਹੈ, ਅੱਛੀ ਨਸਲ ਜ਼ਾਤ ਵਾਲੀ ਹੋਈ ਹੈ। ਔਰ ਮੇਰੇ ਵੀਰਾਂ ਨੇ ਤਸੱਲੀ ਕਰਨੀ ਹੈ, ਫੁੱਲ ਬਰੀਕੀ ਆ ਵਿੱਚ ਟਿਸ਼ੂ ਪੇਪਰ ਵੱਖ ਮਾਸ਼ਾ ਝੋਟੀ ਹੈ, ਮੇਰੇ ਵੀਰਾਂ ਨੇ ਚੈੱਕ ਕਰ ਲੈਣਾ, ਔਰ ਥਾਂ ਮਾਸ਼ਾਅੱਲਾ ਪੂਰਾ ਮੁੜ ਮੁੜ ਦਾ ਪੀੜੀ ਦੇ ਪਾਇਆ ਵਾਖੂ ਇਕੱਲਾ ਇਕੱਲਾ ਥਾਂ ਲੱਗਾ ਹੈ, ਔਰ ਸੋਹਣਾ ਲੱਗਾ ਹੈ ਮਾਸ਼ਾਅੱਲਾ, ਬੜਾ ਪਿਆਰਾ ਲੱਗਾ ਹੈ, ਔਰ ਕੱਦ ਚੰਗਾ ਤਗੜਾ ਹੈ, ਵੇਲ ਚੰਗੀ, ਹੁਸਨ ਚੰਗਾ, ਔਰ ਬੜੀ ਲਾਜਵਾਬ ਹੈ, ਔਰ ਮੌਸਮ ਵੀ ਕਾਫੀ ਖਰਾਬ ਹੋਇਆ ਹੜਾ ਹੈ। ਮੇਰੇ ਵੀਰਾਂ ਨੇ ਤਸੱਲੀ ਕਰਨੀ ਹੈ, ਤਸੱਲੀਆਂ ਕਰਾਉਣਾ ਸਾਡਾ ਕੰਮ ਹੈ, ਜਾਨਵਰ ਦੇਖਣਾ ਮੇਰੇ ਵੀਰਾਂ ਦਾ ਕੰਮ ਹੈ, ਵੀਰਾਂ ਦੀ ਖਾਤਰ ਸਫ਼ਰ ਕਰ ਲਈਦਾ ਹੈ, ਮਿਹਨਤਾਂ ਕਰ ਲਈਆਂ ਨੇ, ਕੋਸ਼ਿਸ਼ਾਂ ਕਰ ਲਈਆਂ ਨੇ, ਅੱਛੇ ਜਾਨਵਰ ਕੱਢ ਕੇ ਦੇਈਦੇ ਨੇ, ਮਕਬੂਲ ਰੇਟ ਲੱਗ ਦੇਈਦੇ ਨੇ, ਔਰ ਅੱਲਾ ਦੇ ਹੁਕਮ ਨਾਲ ਜਿਹੜੇ ਘਰ 'ਚ ਜਾਏਗੀ ਇਨਸ਼ਾਅੱਲਾ ਦੁਆਵਾਂ ਦੇਣਦੇ। ਬਾਕੀ ਦੂਸਰੀ ਗੱਲ ਇਹ ਆ, ਬਾਬੇ ਦਾ ਵੀ ਕਹਿਣੇ ਕਿ ਔਨਲਾਈਨ ਮੱਝ ਨਹੀਂ ਦੇਣੀ, ਜਿਹੜਾ ਵੀਰ ਭਾਵੇਂ ਕੁਵੈਤ ਬੈਠਾ ਹੈ, ਭਾਵੇਂ ਕੋਈ ਇਟਲੀ ਬੈਠਾ ਹੈ, ਜਿੱਥੇ ਵੀ ਬੈਠਾ ਹੈ, ਉਹਦੇ ਪਿੱਛੋਂ ਕੋਈ ਭਾਈ ਆਵੇ ਜਾਂ ਕੋਈ ਕਜ਼ਨ ਆਵੇ, ਮੌਕੇ 'ਤੇ ਆਵੇ, ਪਾਸ ਕਰੇ,
ਜਿਹਨੂੰ ਮਜ਼ਾ ਨਾ ਆਵੇ ਪਾਸ ਕਰਨ ਦਾ, ਮੱਝ ਸੋਹਣੀ ਨਾ ਲੱਗੇ, ਆਉਣ ਜਾਣ ਦਾ ਕਿਰਾਇਆ ਗੱਡੀ ਦਾ 20,000 ਹੋਵੇ, 30,000 ਹੋਵੇ, ਆਉਣ ਜਾਣ ਦਾ ਕਿਰਾਇਆ ਦੇਵਾਂਗੇ, ਨਾਲੇ ਉਹਦੀ ਮਦਦ ਕਰਾਵਾਂਗੇ। ਮੇਰੇ ਵੀਰਾਂ ਚੈੱਕ ਕਰ ਲੈਣਾ, ਬੂਥੀ ਚੈੱਕ ਕਰਾ ਲੈਣਾ, ਬੂਥੀ ਚੈੱਕ ਕਰ ਲੈਣ। ਚੂਰ ਕੁੰਡਾ ਸਿੰਘ ਹੈ, ਕਾਲੀ ਛੱਖ ਲੱਗੀ ਹੈ, ਮੱਥੇ ਛੋਟੀ ਸਾਲ ਖੁੱਲ੍ਹੀ ਹੈ, ਔਰ ਮਾਸ਼ਾਅੱਲਾ ਚੁਰਮ ਫਿਲਮ ਬਿਲਕੁਲ ਸੋਲਾ ਨੇ, ਕੋਈ ਸਰਨਵਾ ਨਹੀਂ, ਕੋਈ ਕੰਡਾ ਨਹੀਂ, ਮਾਸ਼ਾਅੱਲਾ ਕਰਮਾ ਨਹੀਂ ਹਜੇ ਤੱਕ, ਤਕਰੀਬਨ 10-12 ਲੈਂਦੀ ਹੈ, ਔਰ ਹਮੇਸ਼ਾ ਤੋਂ ਹੋਟਾ ਪੰਜਾਬ ਟੀਵੀ 'ਤੇ ਸਾਫ ਸੁਥਰਾ ਜਾਨਵਰ ਲੱਗਦਾ ਹੈ, ਔਰ ਅੱਛਾ ਲੱਗਦਾ ਹੈ, ਕਵਾਜ ਜਿਹਾ ਲੱਗਦਾ ਹੈ। ਅੱਲਾ ਦੇ ਹੁਕਮ ਨਾਲ ਹੋਤਾ ਪੰਜਾਬ ਟੀਵੀ ਇੱਕ ਨਾਮ ਹੈ, ਪੂਰੇ ਆਲ ਦੁਨੀਆਂ ਦਾ ਨਾਮ ਚੱਲਦਾ ਪਿਆ ਹੈ ਕਿ ਹੋਤਾ ਪੰਜਾਬ ਟੀਵੀ 'ਤੇ ਸਾਫ ਸੁਥਰਾ ਕੰਮ ਹੁੰਦਾ ਹੈ, ਔਰ ਅੱਛਾ ਜਾਨਵਰ ਹੁੰਦਾ ਹੈ। ਮੇਰੇ ਵੀਰਾਂ ਨੂੰ ਤਸੱਲੀਆਂ ਕਰ ਲੈਣੀਆਂ ਨੇ, ਤਸੱਲੀਆਂ ਕਰਾਈ ਦੀਆਂ ਨੇ, ਬਾਲਾ ਦੇ ਬੱਬਾ ਹੀ ਕਿਹਾ ਸੀ, ਹਨੇਰੀ ਵੀ ਆ ਗਈ, ਹਨੇਰੀ ਵੀ ਆ ਗਈ, ਮੌਸਮ ਖਰਾਬ ਹੀ ਕਾਫੀ, ਫਸਲ ਵੀ ਵਾਹਵਾ ਕਰਨਾ ਹੈ, 40-45 ਕਿਲੋਮੀਟਰ ਕਰਨਾ ਹੈ ਵਾਪਸੀ ਜਿਹੜਾ ਘਰ, ਮੌਸਮ ਵੀ ਕਾਫੀ ਖਰਾਬ ਹੋ ਰਿਹਾ। ਬਾਕੀ ਮੇਰੇ ਵੀਰਾਂ ਨੇ ਤਸੱਲੀ ਕਰ ਲੈਣੀ, ਮਾਸ਼ਾਅੱਲਾ ਬਾਬੇ ਨੇ ਮਾਸ਼ਾਅੱਲਾ ਜਨਮ ਬੜੇ ਵੇਚੇ ਨੇ, ਬੜੇ ਵੇਚੇ ਨੇ, ਮਾਸ਼ਾਅੱਲਾ ਜਿਹੜੀ ਇਹ ਝੋਟੀ ਹੈ, ਅੱਲਾ ਦੇ ਹੁਕਮ ਨਾਲ ਕੋਈ ਵੀਰ ਕਵੇ ਕਿ ਮੈਂ 3 ਮੱਝਾਂ ਰੱਖਣੀਆਂ, 3 ਨਾ ਰੱਖੇ, 1 ਰੱਖ ਲਵੇ, ਉਹ ਇਹਦੀ ਚਹਿਲ ਸੇਵਾ ਕਰੇ, ਅੱਲਾ ਦੇ ਹੁਕਮ 3 ਮੱਝਾਂ ਨਾ ਦੁੱਧ ਨਾ ਦੇਵੇ, ਤਾਂ ਵੀ ਕਹਿਣਾ ਕਿ ਲਤੀਫ ਭਾਈ ਤੂੰ ਗਲਤ ਕੀਤਾ ਹੈ। ਮੇਰੇ ਵੀਰਾਂ ਨੇ ਸਿਰਫ ਦੇਖਿਆ ਕਿ ਹੋਤਾ ਪੰਜਾਬ ਜੀ ਵੀ ਸਾਫ ਸੁਥਰਾ ਜਾਨਵਰ ਲੱਗਦਾ ਹੈ, ਔਰ ਅੱਛਾ ਲੱਗਦਾ ਹੈ, ਕੁਆਲਿਟੀ ਲੱਗਦਾ ਹੈ, ਬਾਕੀ ਮਾਸ਼ਾਅੱਲਾ ਗਿੱਠ ਗਿੱਠ ਦੀ ਵਿਰਲੇ, ਮੇਰੇ ਵੀਰਾਂ ਨੂੰ ਚੈੱਕ ਕਰ ਲੈਣਾ, ਤਸੱਲੀਆਂ ਕਰ ਲੈਣੀਆਂ, ਔਰ ਹਵਾਨਾ ਚੈੱਕ ਕਰਨਾ, ਪੂਰਾ ਮਾਸ਼ਾਅੱਲਾ ਥੱਬੇ ਦਾ ਹੈ, ਔਰ ਸੂਹ ਦਾ ਡੋਡਾ ਤਾਂ ਚੁੱਕੀ ਖੜੀ ਕਰਮਾਲੀ, ਸੂਹ ਦੀ ਕੋਈ ਪਰਵਾਹ ਨਹੀਂ, ਇਨਸ਼ਾਅੱਲਾ ਫਟੇ ਲਾ ਜਾਏਗੀ, ਇਨਸ਼ਾਅੱਲਾ 2-2 ਗਿੱਠਾਂ, 1.5 ਗਿੱਠ ਤਾਂ ਪਿੱਛੋਂ ਬਾਅਦ ਕਰੇਗੀ ਵਾਲਾ। ਬਾਕੀ ਮਜ਼ੀਦ ਗੱਲਾਂ ਬਾਤਾਂ ਕਰ ਲੈਂਦੇ ਬਾਬੇ ਹੋਰਾਂ ਨਾਲ, ਕੀ ਹਿਸਾਬ ਕਿਤਾਬ ਹੈ, ਕੀ ਡਿਟੇਲ ਹੈ, ਕੀ ਮੁੱਲ ਹੈ, ਕੀ ਪਿਆਰ ਮੁਹੱਬਤ ਹੈ, ਕੀ ਚਾਹਤਾਂ ਨੇ। ਆਏ ਬਾਬਾ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ ਫਿਲਮ ਮਾਸ਼ਾਅੱਲਾ ਬਿਲਕੁਲ ਸੋਲਾ ਨੇ ਸੀ, ਕੋਈ ਸਰਨਵਾ ਨਹੀਂ, ਕੋਈ ਕੰਡਾ ਨਹੀਂ, ਮਾਸ਼ਾਅੱਲਾ ਕੋਈ ਬਾਈ ਕਾਲੀ ਨਹੀਂ, ਇਹ ਨਹੀਂ ਕਿ ਬਾਈ ਕਾਲੀ ਹੋਵੇ, ਲੋਹ ਪਈ ਜੀ, ਜੇ ਤਾਂ ਵੋ ਜੇ ਵੋ ਵਾਲਾ ਕੰਮ ਨਹੀਂ ਹੋਣਾ, ਹਮੇਸ਼ਾ ਤੋਂ ਕੰਮ ਹੋਣਾ, ਸਾਫ਼ ਸੁਥਰਾ ਹੋਣਾ, ਮਿਆਦ ਤਾਂ ਨਾ, ਅੱਛਾ ਨਾ, ਕੁਆਲਿਟੀ ਵਾਲਾ ਹੋਣਾ। ਆਏ ਬਾਬਾ ਜੀ, ਮਰਾਮ ਧਿਆਨ, ਬਾਕੀ ਸਾਰੀਆਂ ਗੱਲਾਂ ਕਰਨੇ ਬਾਬੇ ਨਾਲ ਸਾਂਝੀਆਂ, ਫੁੱਲ ਪਿਆਰ ਨੂੰ ਤਾਲੀਆਂ। ਅਸਲਾਮ ਵਾਲੇਕੁਮ ਬਾਈ। ਵਾਲੇਕੁਮ ਸਲਾਮ ਜੀ, ਆਵਾ ਠੀਕ ਹੋ? ਅੱਲਾ ਦੇ ਸ਼ੁਕਰ, ਬੀਤਾ ਸਿੱਧਾ ਠੀਕ ਰਹੇ? ਠੀਕ ਹੈ ਜੀ। ਬਾਬਾ ਜੀ ਤੁਹਾਡਾ ਨਾਮ ਤਾਂ ਕਾਫੀ ਤੁਹਾਨੂੰ ਪਤਾ, ਫਿਰ ਵੀ ਮਜ਼ੀਦ ਆਪਣੇ ਜਿਹੜੇ ਨਵੇਂ ਆਉਣ ਨਾਲ ਦੋਸਤ ਤੁਹਾਨੂੰ ਪਾ ਲਾਂਗੇ, ਕੀ ਨਾਮ ਤੁਹਾਡਾ? ਮੁਹੰਮਦ ਤੁਫੈਲ। ਬਾਬਾ ਤੁਫੈਲ, ਬਾਬਾ ਤੁਫੈਲ ਗੱਲਾਂ ਕਰਦੀਆਂ ਜਿਵੇਂ ਹਮੇਸ਼ਾ ਤੋਂ ਅੱਗੇ ਖੜੀਆਂ ਤਾਂ ਸੱਚੀਆਂ ਕਰ ਲਈਆਂ। ਇਹ ਤੁਹਾਡੀ ਕਿੰਨਾ ਸੋਚ ਨਹੀਂ ਜੀ? ਦੂਸਰਾ ਜੀ, ਦੂਸਰਾ ਹੱਕੀ ਮਾਨੀ, ਰੱਬ ਨੂੰ ਹਾਜ਼ਰ ਨਾਲ ਕਰਕੇ ਕਹਿਣਾ, ਕਿੰਨਾ ਦੁੱਧ ਕਾਲੀ ਜੀ? ਪਿਛਲੇ ਪਹਿਲਾਂ ਜੀ 20-22 ਲੀਟਰ ਦੁੱਧ ਕੀਤਾ ਹੈ, ਪਹਿਲਾਂ ਸੁਣ। ਹਾਂਜੀ ਪਹਿਲਾਂ, ਮਾਸ਼ਾਅੱਲਾ। ਹੁਣ ਇਨਸ਼ਾਅੱਲਾ ਅੱਲਾ ਦੇ ਵੋ ਫਜ਼ਲ ਨਾਲ ਹੁਣ ਜਿਹੜਾ ਹੈ 28-30 ਲੀਟਰ ਇਨਸ਼ਾਅੱਲਾ ਦੁੱਧ ਕਰੇ, 28-30 ਨਾ ਕਰੇ, 25 ਲੀਟਰ ਕੀਤੀ ਰੱਖੇ, ਬੜਾ ਹੀ ਮਾਜ ਖਾਣੀ ਹੈ, 25 ਲੀਟਰ ਦੁੱਧ ਕਰੇਗਾ ਗਾਂ ਨੂੰ। ਇਹ ਵੀ ਨਹੀਂ ਕਰੋ, ਇੱਧਰ ਵੇਖੋ ਤੇ ਸਹੀ, ਮਾਜ ਕਿਡੀ ਜੀ, ਮਾਜ ਮਾਸ਼ਾਅੱਲਾ, ਬੇੜੇ ਜਿੱਡੀ ਮਾਜ, ਮਾਸ਼ਾਅੱਲਾ, ਜ਼ੋਰ ਜਿਹੜੀ ਡਾਡੇ ਜਿਹੜੀ ਮਾਜ। ਹਾਂਜੀ, ਉਹ ਜਿਹੜਾ ਵੀਰ ਲਵੇ ਸ਼ਾਇਦ ਉਹ ਸਪੈਸ਼ਲ ਲੈ ਕੇ ਆਵੇ ਇਹਦੇ ਵਾਸਤੇ। ਹਾਂ, ਸਪੈਸ਼ਲ ਜਾਏਗੀ, ਦੋ ਨਹੀਂ ਪੈ ਕੇ ਜਾਣੀਆਂ, ਨਹੀਂ ਪੈਣੀਆਂ, ਦੋ ਨਹੀਂ ਪੈਣੀਆਂ। ਅੱਛਾ, ਮੇਰਾ ਬਾਬਾ ਜੀ ਗੱਲਾਂ ਕਰਨੀਆਂ, ਖਾਣ ਦੀ ਗਰੰਟੀ ਮੇਰੀ ਬਿਲਕੁਲ, ਇਹਦੇ ਲਿਆ ਖਾਣ ਦੀ ਗਰੰਟੀ, ਬਿਲਕੁਲ ਗਰੰਟੀ, ਗਰੰਟੀ ਘਾਟੇ ਵਾਧੇ ਦੀ ਗਰੰਟੀ, ਗਰੰਟੀ ਹਾਜ਼ਰ ਵਕਤ ਕੋਈ ਨੁਕਸ ਆਇਆ ਹੋਇਆ ਦੀ ਗਰੰਟੀ, ਬਿਲਕੁਲ। ਮੱਝ ਆਨਲਾਈਨ ਦੇ ਨਹੀਂ ਕੋਈ ਮੌਕੇ ਨੂੰ, ਚੰਗੀ ਗੱਲ ਹੈ, ਆਨਲਾਈਨ ਮੈਂ ਤਾਂ ਅੱਗੇ ਕਹਿੰਦਾ ਵੀ ਆਨਲਾਈਨ ਆਵੇ ਬਰਾ ਵੀਰ, ਕੋਈ ਆ ਕੇ ਮੌਕੇ 'ਤੇ ਵੇਖੇ, ਮੌਕੇ 'ਤੇ ਆ ਗਏ ਵੀਰ ਹੈ। ਹਾਂਜੀ, ਫਿਰ ਸਵਾਦ ਆਉਣਾ ਮੱਝ ਲੈ ਲਓ, ਮੈਂ ਵੀ ਦੋਸਤਾਂ ਨੇ ਅਪੀਲ ਕਰਾਂਗਾ, ਮਿੰਤਰਲਾ ਕਰਾਂਗਾ ਕਿ ਮੌਕੇ 'ਤੇ ਆਉਣ ਅਤੇ ਮੱਝ ਲੈ ਕੇ ਜਾਣ ਤਸੱਲੀ ਨਾਲ। ਅੱਛਾ,
ਬਾਬਾ ਜੀ ਗੱਲ ਇਹ ਹੈ, ਲੋਕੀ ਕਤਰਾਉਂਦੇ ਨੇ, ਲੋਕੀ ਕਤਰਾ ਮੁੱਲ ਲੋਕਾਂ ਵਾਸਤੇ ਤੇ ਮੈਂ ਜਿਹੜਾ ਆਮ ਕਰਨਾ ਪੈਣਾ ਉਹ ਤਾਂ ਕਰਨਾ ਪੈ 10 ਲੱਖ ਤਿੰਨ ਬੰਦੇ ਆ ਤੇ ਬੜਾ ਸੀ ਆਪਾਂ ਛੱਡ ਕੇ ਉਹਨਾਂ ਜੇ ਦੇਣੇ ਆਪਾਂ ਮਿਲ ਲੈਂਦੇ ਨਹੀਂ ਪੰਜ ਹੋ ਛੱਡਦੀ ਯਾਰ 3 ਲੱਖ ਉਹ 7 ਲੱਖ 65 ਹਜ਼ਾਰ ਦਾ 7 ਲੱਖ 65 ਨਹੀਂ ਉਹ ਜਦੋਂ ਕੋਈ ਵੀਰ ਭਰਾ ਮੌਕੇ 'ਤੇ ਆਵੇ ਤਾਂ ਸਾਰੇ ਇੱਥੇ ਹੀ ਛੱਡੀ ਜਾਵਾਂ ਬਾਅਦ ਵੇਖੋ ਚੱਲ ਕੋਈ ਨਹੀਂ 5 ਸਾਲ ਤੇਰੀ ਮਿਹਰਬਾਨੀ ਮਿੰਨਤ ਨਹੀਂ ਕਰਦੇ ਯਾਰ ਚਲੋ ਜੀ ਨਾ ਇਹ ਗੱਲ ਨਹੀਂ ਚਲੋ ਜੀ ਮੰਨਣ ਤਾਂ ਲੱਗਾ ਨਹੀਂ ਚਲੋ ਉਹ ਜਦੋਂ ਮੌਕੇ 'ਤੇ ਕੋਈ ਆਵੇ ਤਾਂ ਖਬਰੇ ਮੁੜ ਗਈ ਹੋਵੇ ਤਾਂ ਅੱਲਾਹ ਖੈਰ ਕਰੇ ਅੱਲਾਹ ਨਹੀਂ 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 ਯਾਰ ਅੱਗੇ ਮੈਂ ਤੇ ਪੈਸੇ ਤੁਸੀਂ ਹੋ ਜਾਏਗਾ 1 ਲੱਖ ਰੁਪਏ ਮੌਕੇ ਤੇ ਚਲੋ ਮੌਕੇ ਤੇ ਆਵਣਗੇ ਤੇ ਫਿਰ ਵੇਖ ਲੈ ਦੋਸਤੋ 7 ਲੱਖ ਤੇ 70 ਹਜ਼ਾਰ ਰੁਪਏ ਮੁੱਲ ਏ ਮਾਸ਼ਾਅੱਲਾ ਜਿਹੜੇ ਵੀਰ ਨੇ 3-4 ਮੱਝਾਂ ਰੱਖਣੀਆਂ ਇੱਕ ਰੱਖ ਲਵੇ ਉਹ ਚੰਗੀ ਏ ਇਹਦੀ ਚਾਲ ਸੇਵਾ ਕਰੇ ਅੱਲਾਹ ਦੇ ਹੁਕਮ 28-30 ਗਲੀਆਂ 5 ਲੀਟਰ ਵੀ ਸਕੂਨਾ ਕੀਤੀ ਜਾਏਗੀ ਬੱਚੇ ਨੂੰ ਛੱਡ ਕੇ ਅੱਲਾਹ ਦੇ ਹੁਕਮ ਨਾਲ 5 ਲੀਟਰ ਸਕੂਨਾ ਚੋਈ ਜਾਂਦੇ ਜਿਹੜੇ ਵੀਰ ਨੂੰ ਉਹ ਝੋਟੀ ਪਸੰਦ ਆਵੇ ਸਾਰਿਆਂ ਕੇ ਰਾਬਤਾ 208-35-6-68 ਇਹ ਕਾਲ ਨੰਬਰ ਏ ਵਟਸਐਪ ਨੰਬਰ ਏ ਇਮੇਲ ਨੰਬਰ ਏ ਇਸ ਤਰੀਕੇ ਨਾਲ ਆਪਣੇ ਵੀਰ ਨੂੰ ਇਜਾਜ਼ਤ ਮਿਲਾਂਗੇ ਕੱਚੀ ਵੀਡੀਓ ਅਤੇ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ।